ਗੁਰਬਾਣੀ ਦੇ ਫਰਮਾਨ ਅਨੁਸਾਰ ਇਸ ਜ਼ਮਾਨੇ ਵਿੱਚ ਕੋਈ ਵਿਰਲੀ ਹੀ ਰੂਹ ਹੁੰਦੀ ਹੈ ਜੋ ਪ੍ਰਭੂ ਸਿਮਰਨ ਨਾਲ ਜੁੜੀ ਹੁੰਦੀ ਹੈ ਅਤੇ ਪਰਉਪਕਾਰ ਕਮਾਉਂਦੀ ਹੈ। ਕੀਰਤਨ ਦੇ ਨਾਲ ਨਾਲ ਪਰਉਪਕਾਰੀ ਸੁਭਾਅ ਦੀ ਮਾਲਕ ਹੋਣਾ ਉਸ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਬਿਲਕੁਲ ਇਸੇ ਤਰ੍ਹਾਂ ਦੇ ਸੁਭਾਅ ਦੀ ਮੂਰਤ ਅਤੇ ਮਾਲਕ ਹੈ ਮਣਿਕਾ ਕੌਰ, ਜੋ ਕਿ ਕੀਰਤਨ ਦੇ ਨਾਲ ਨਾਲ ਸਰਬੱਤ ਦਾ ਭਲਾ ਲੋਚਦੀ ਹੈ। ਕੀਰਤਨ ਜਿਸ ਦੀ ਰੂਹ ਦੀ ਖੁਰਾਕ ਹੈ, ਆਪਣੇ ਕੀਰਤਨ ਸੰਗੀਤ ਕਰਕੇ ਹੀ ਜਿਸ ਨੇ ਪੂਰੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾਈ ਹੈ। ਉਸਦੇ ਬਹੁਤ ਸਾਰੇ ਗੁਰਬਾਣੀ ਟਰੈਕ ਯੂਟਿਊਬ ਉੱਤੇ ਹਿੱਟ ਹੋ ਰਹੇ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮਣਿਕਾ ਆਪਣੀ ਐਲਬਮ ਤੋਂ ਹੋਣ ਵਾਲੀ ਸਾਰੀ ਕਮਾਈ ਗਰੀਬ ਅਤੇ ਮਿਹਨਤੀ ਵਿਦਿਆਰਥੀਆਂ ਅਤੇ ਹੋਰ ਲੋੜਵੰਦਾਂ ਨੂੰ ਦੇ ਰਹੀ ਹੈ। ਹੁਣ ਤੱਕ 200 ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚ ਅਤੇ ਲੋੜਵੰਦਾਂ ਨੂੰ 2 ਘਰ ਬਣਾ ਕੇ ਦਿੱਤੇ ਜਾ ਚੁੱਕੇ। That we went to his home and saw the living conditions that him and his wife and 2 children were dealing with on a daily basis. The family lived in a small tiny room that would ਮਣਿਕਾ ਕੌਰ, ਜਿਸਦਾ ਜਨਮ ਪਿਤਾ ਜਤਿੰਦਰ ਸਿੰਘ ਉੱਪਲ ਅਤੇ ਰਵਿੰਦਰ ਕੌਰ ਦੇ ਘਰ 12 ਜੁਲਾਈ 1982 ਨੂੰ ਮੈਲਬਰਨ ਆਸਟ੍ਰੇਲੀਆ ਵਿੱਚ ਹੋਇਆ। ਘਰ ਵਿੱਚ ਧਾਰਮਿਕ ਮਾਹੌਲ ਹੋਣ ਕਾਰਨ ਮਣਿਕਾ ਨੂੰ ਗੁਰਬਾਣੀ ਦੀ ਲਿਵ ਲੱਗ ਗਈ ਸੀ। ਉਸਨੇ ਆਪਣੀ ਮਾਂ ਕੋਲੋਂ ਗੁਰਬਾਣੀ ਉਚਾਰਨ ਦੀ ਸਿੱਖਿਆ ਲਈ। ਇਸਦੇ ਪਿਤਾ ਅਤੇ ਮਾਤਾ ਨੇ ਮੈਲਬਰਨ 'ਚ ਬਲੈਕ ਵਰਨ ਗੁਰਦੁਆਰਾ ਦੀ ਸਥਾਪਨਾ ਕੀਤੀ ਸੀ ਅਤੇ ਮਾਤਾ ਪਿਤਾ ਵੀ ਬਹੁਤ ਸਮੇਂ ਪਹਿਲਾਂ ਤੋਂ ਪੰਜਾਬ ਵਿੱਚ ਅਤੇ ਦੇਸ਼ ਵਿਦੇਸ਼ ਵਿੱਚ ਸਿੱਖ ਜਗਤ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹਨ। ਗੁਰਬਾਣੀ ਗਾਇਨ ਦੀ ਸ਼ੁਰੂਆਤ ਵੀ ਘਰ ਤੋਂ ਹੀ ਹੋਈ। ਗੁਰਬਾਣੀ ਦੇ ਸ਼ਬਦ ਸੁਣ ਸੁਣ ਕੇ ਗਾਉਣ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ। ਮਣਿਕਾ ਕੌਰ ਨੇ ਆਪਣੇ ਪਰਉਪਕਾਰ ਦੇ ਕੰਮ ਅਤੇ ਸ਼ਬਦ ਗਾਇਨ ਵਿਆਹ ਤੋਂ ਬਾਅਦ ਵੀ ਹੋਰ ਵੀ ਵਧੀਆ ਢੰਗ ਨਾਲ ਸ਼ੁਰੂ ਕਰ ਦਿੱਤੇ। ਮਣਿਕਾ ਨੂੰ ਉਸਦੇ ਆਪਣੇ ਸੁਭਾਅ ਵਰਗਾ ਪਰਉਪਕਾਰੀ ਪਤੀ ਮਿਲਿਆ, ਜੋ ਉਸਦੇ ਪਰਉਪਕਾਰਾਂ ਦੇ ਕੰਮਾਂ 'ਚ ਉਸਦਾ ਪੂਰਾ ਸਾਥ ਦੇ ਰਿਹਾ ਹੈ। 2006 ਵਿੱਚ ਮਣਿਕਾ ਦਾ ਵਿਆਹ ਦੁਬਈ ਦੇ ਪ੍ਰਸਿੱਧ ਕਾਰੋਬਾਰੀ ਹਰਜੀਵ ਕੰਦਾਰੀ ਨਾਲ ਹੋਇਆ ਕਿ 2010 ਵਿੱਚ ਕੀਰਤਨ ਫਾਰ ਕਾਜ਼ ਨਾਮੀ ਸੰਸਥਾ ਦੀ ਸਥਾਪਨਾ ਕੀਤੀ। ਮਣਿਕਾ ਗੁਰਬਾਣੀ ਗਾਇਨ ਕਰਕੇ ਆਪਣੀ ਸੰਸਥਾ ਲਈ ਫੰਡ ਇਕੱਠੇ ਕਰਦੀ ਹੈ। ਮਣਿਕਾ ਨੇ ਆਪਣੀ ਪਹਿਲੀ ਐਲਬਮ ਬੰਧਨਾ 2006 ਵਿੱਚ ਰਿਲੀਜ਼ ਕੀਤੀ ਸੀ, ਜਿਸ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ। ਇਸ ਐਲਬਮ ਦੀ ਕਮਾਈ 1 ਮਿਲੀਅਨ ਡੁਬੀਅਨ ਡਾਲਰ 2 ਕਰੋੜ ਭਾਰਤੀ ਰੁਪਏ ਹੋਈ ਸੀ, ਜਿਸ ਦਾ ਸਾਰਾ ਪੈਸਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਨੂੰ ਭੇਂਟਾ ਕਰ ਦਿੱਤਾ ਗਿਆ। ਮਣਿਕਾ ਨੂੰ ਸਿੱਖ ਕੌਮ ਵੱਲੋਂ ਸੇਵਾ ਨਿਭਾਉਣ ਸਦਕਾ ਸਿੱਖ ਚੈਨਲ ਵੱਲੋਂ ਸਨਮਾਨਿਤ ਕੀਤਾ ਗਿਆ। ਮਣਿਕਾ ਕੌਰ ਦਾ ਇੰਟਰਵਿਊ BBC ਵਰਲਡ ਨਿਊਜ਼ ਸਰਵਿਸ 'ਤੇ ਪ੍ਰਸਾਰਿਤ ਹੋ ਚੁੱਕਾ ਹੈ। ਇਹ ਇੱਕ ਵੱਡੀ ਉਪਲਬਧੀ ਹੈ। I grew up in a very spiritual home where my parents did a lot of charity work, and part of that we would sit and meditate together as a family, and so it was kind of a natural progression for me. And this, I mean, you look at the number of hits that your songs have had on YouTube, millions and millions. 2015 vich Manika Kaur di dusri album I Bow to You Waheguru ਨਿਰਮਾਤਾ ਤਲਵੀਨ ਸਿੰਘ ਨਾਲ ਰਿਲੀਜ਼ ਕੀਤੀ। ਇਸ ਐਲਬਮ ਨੂੰ BBC ਰੇਡੀਓ ਲੰਡਨ ਅਤੇ BBC ਏਸ਼ੀਆ ਨੈੱਟਵਰਕ ਨੇ ਆਪਣੀ ਮਿਊਜ਼ਿਕ ਚਾਰਟ ਵਿੱਚ ਸ਼ਾਮਿਲ ਕੀਤਾ। 2016 ਵਿੱਚ ਸਿੱਖ ਇਨ ਇੰਟਰਟੇਨਮੈਂਟ ਅਵਾਰਡ ਲੰਡਨ ਵਿਖੇ ਦਿੱਤਾ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ਪੁਰਬ ਮੌਕੇ ਮਣਿਕਾ ਕੌਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਕੀਰਤਨ ਕਰਨ ਦਾ ਮੌਕਾ ਮਿਲਿਆ। ਮਣਿਕਾ ਕੌਰ ਨੇ ਦੱਸਿਆ ਕਿ ਉਸਦੀ ਅਗਲੀ ਐਲਬਮ ਸੈਕਰਡ ਬਰਡਸ ਅਮਰੀਕਾ ਦੀ ਬਿੱਗ ਲੇਵਲ ਕੰਪਨੀ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਇਹ ਐਲਬਮ ਅਮਰੀਕਾ ਅਤੇ UK ਵਿੱਚ ਮਣਿਕਾ ਕੌਰ ਵੱਡੀਆਂ ਮਿਊਜ਼ਿਕ ਕੰਪਨੀਆਂ ਨਾਲ ਸਾਈਨ ਹੋ ਚੁੱਕੀ ਹੈ। ਉਸਦੀ ਪ੍ਰਸਿੱਧੀ ਯੂਰਪ ਤੋਂ ਇਲਾਵਾ ਅਮਰੀਕਾ ਦੇ ਸਿੱਖ ਜਗਤ ਵਿੱਚ ਹੋ ਰਹੀ ਹੈ। ਮਣਿਕਾ ਕੌਰ ਦੀ ਸੰਸਥਾ ਕੀਰਤਨ ਫਾਰ ਕਾਜ਼ ਵਧੀਆ ਗੁਰਬਾਣੀ ਸੰਗੀਤ ਸਰੋਤਿਆਂ ਤੱਕ ਪਹੁੰਚਾ ਰਹੀ ਹੈ। ਅੱਜ ਲੋੜ ਹੈ ਇਸੇ ਤਰ੍ਹਾਂ ਸਿੱਖੀ ਸਿਧਾਂਤ ਅਪਣਾਉਣ ਦੀ ਅਤੇ ਮਾਨਵਤਾ ਦੇ ਭਲੇ ਲਈ ਕੰਮ ਕਰਨ ਦੀ, ਤਾਂ ਜੋ ਹਰ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਜਾ ਸਕੇ। What it means to be a widow in India, to be a woman in this world, to be a single mother who has no idea how she's going to provide
shelter, food, safety, all while bearing the pain of losing her husband, her world. I'm sorry that women are still not safe. ਮਨਿਕਾ ਕੌਰ ਆਪਣੇ ਇਸ ਅਣਥੱਕ ਸਫ਼ਰ ਬਾਰੇ ਇੱਕ ਕਿਤਾਬ ਲਿਖ ਰਹੀ ਹੈ ਜੋ ਜਲਦ ਹੀ ਪਾਠਕਾਂ ਦੇ ਸਨਮੁੱਖ ਹੋਵੇਗੀ। ਇਸ ਸੰਸਥਾ ਦਾ ਉਦੇਸ਼ ਪੰਜਾਬ ਦੇ ਵਿੱਚ 2.5 ਲੱਖ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਕਰਾਉਣਾ ਅਤੇ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਦਾ ਹੈ। ਇਹ ਕੰਮ ਵਿੱਚ ਹੋਰ ਸਮਾਜਿਕ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾਉਣ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਮਨਿਕਾ ਦਾ ਕਹਿਣਾ ਹੈ ਕਿ ਸਮਾਜ ਵਿੱਚੋਂ ਹੋਰ ਬਹੁਤ ਸਾਰੇ ਮਨੁੱਖਤਾ ਦੀ ਭਲਾਈ ਲਈ ਕੰਮ ਕੀਤੇ ਜਾ ਸਕਦੇ ਹਨ, ਪਰ ਇਸ ਦੇ ਲਈ ਉਹਨਾਂ ਦੀ ਸੰਸਥਾ ਨੂੰ ਸਾਰੇ ਸਮਾਜ ਦੀ ਸਹਾਇਤਾ ਦੀ ਵੀ ਲੋੜ ਹੈ। ਜੇਕਰ ਇੱਕ ਸਮਰੱਥ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਇੱਕ ਵਿਦਿਆਰਥੀ ਦੀ ਪੜ੍ਹਾਈ ਦਾ ਖਰਚ ਚੁੱਕ ਲਵੇ ਤਾਂ ਸਮਾਜ ਇੱਕ ਵਧੀਆ ਦਿਸ਼ਾ ਵੱਲ ਜਾ ਸਕਦਾ ਹੈ। ਜਾਂਦੇ ਜਾਂਦੇ ਸਾਡੀ ਪੰਜਾਬੀ ਆਰਟ ਟੀਵੀ ਦੀ ਪੂਰੀ ਟੀਮ ਵੱਲੋਂ ਮਨਿਕਾ ਕੌਰ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਧੰਨਵਾਦ। ਕੁਦਰਤ ਕੀ ਸਾਬ ਪੰਨੀ।